ਕਿਵੇਂ ਲਓ ਜੀ, ਬਾਈ ਦੇ ਪੋਤਰੇ ਦਾ ਸੀ ਵਿਆਹ ਤੇ ਵਧਾਈਆਂ ਬਾਈ ਬਹੁਤ ਬਹੁਤ ਤੈਨੂੰ। ਤੇ ਬੜੀ ਰੌਣਕ ਲੱਗੀ ਹੈ, ਅੰਕਲ ਬੈਠੇ ਹੈ, ਸਾਡਾ ਭਰਾ ਕੀਪਾ ਬੈਠਾ ਹੈ ਹਨਾ, ਸ਼ਰਮਾ ਜੀ, ਬਾਈ ਬਰਾੜ ਬਹਾਦਰ ਖੇੜਾ, ਸਾਡਾ ਬਾਈ ਮਹਿੰਗਾ ਮਿੱਠੜੀ, ਤੇ ਨਾਲ ਇੱਕ ਬਾਈ ਬੇਟਾ ਹੈ ਕਿ ਬੇਟਾ, ਤੇ ਨਾਲ ਬਾਈ ਭੋਲੂ ਸਵਰਾਜ, ਬਾਈ ਮੂਸ਼ੀ, ਇੱਧਰੋਂ ਬਾਈ ਹੋਰਾਂ ਨੂੰ ਪਛਾਣ ਲਿਆਉਣਾ ਤੁਸੀਂ, ਤਾਰੀ ਨੂੰ ਹੈ ਬੈਣੀਵਾਲ, ਤੇ ਇੱਧਰ ਬਾਈ ਆ ਗਿਆ ਭਾਊ ਚੰਨਾ, ਆਹ ਵੇਖੋ ਤੁਸੀਂ ਬੜੇ ਚਿਰ ਬਾਅਦ ਵੇਖਿਆ ਹੋਣਾ ਹੈ ਹਨਾ, ਲੁੱਡਣ ਇਹ ਲਓ ਜੀ ਆਹ ਬਾਈ ਹੈ ਨਾ ਭੰਦਰ, ਅਤੇ ਆਹ ਵੀ ਬਾਈ ਆਲਮਾਲੇ ਤੋਂ ਹੈ ਨਾ, ਸਵਰਾਜ ਦਾ ਬੇਟਾ ਐਡਾ ਹੋ ਗਿਆ ਵੇਖ ਲਓ ਹੈ, ਆਹ ਫਿਰ ਬਰਾੜ ਬਾਈ ਬਹਾਦਰ ਖੇੜਾ ਬਾਈ ਬੈਠਾ ਨਾਲ ਹੈ, ਅਤੇ ਇੱਧਰ ਬਾਈ ਜਗ੍ਹੇ ਤੋਂ ਬਾਈ ਸੁਖਮੰਦਰ ਜਗ੍ਹਾ ਹੈ ਨਾ, ਸਾਰੇ ਭਰਾ ਇਕੱਠੇ ਹੋਏ ਆ, ਅਤੇ ਬਸ ਉਹ ਸ਼ਗਨ ਦੀ ਹੁਣ ਤਿਆਰੀ ਹੈ, ਅਤੇ ਰੌਣਕ ਮੇਲਾ ਵੇਖੋ ਵੀ ਪੂਰਾ ਲੱਗਿਆ ਹੋਇਆ ਹੈ ਨਾ, ਤੇ ਮੇਰੀ ਫੋਟੋ ਰਹਿ ਗਈ ਵੀ ਮੇਰੀ ਫੋਟੋ ਲੈ ਵਿੱਚ, ਮੇਰੀ ਫੋਟੋ ਵੀ ਆਈ ਵਿੱਚ ਹੈ ਨਾ, ਤੇ ਬਾਈ ਨੂੰ ਵੀ ਸਾਡੇ ਵੱਲੋਂ ਵਧਾਈਆਂ ਬਹੁਤ ਬਹੁਤ ਹੈ ਨਾ, ਭਿੰਦਰ ਸਿੰਘ ਚੱਠਾ ਹੈ ਹਾਂ ਹਾਂ, ਤੇ ਬਾਈ ਨੇ ਬੜੀ ਸੇਵਾ ਕੀਤੀ ਹੈ ਸਾਰਿਆਂ ਦੀ ਹੈ ਨਾ, ਵੇਖੋ ਖਾਣ ਪੀਣ ਨੂੰ ਕਿਆ ਬਾਤ ਹੈ, ਅਤੇ ਸ਼ਰਮਾ ਜੀ ਨੂੰ ਰਾਜਭੋਗ ਇਕੱਲੇ ਨੂੰ ਹੈ ਨਾ, ਬਾਕੀ ਸਾਡੇ ਵਾਸਤੇ ਆ ਸਾਰਾ, ਸ਼ਰਮਾ ਜੀ ਨੂੰ ਰਾਜਭੋਗ ਹੈ ਇਕੱਲਾ, ਰਾਜਭੋਗ ਤੇ ਰੱਖਿਆ, ਆਹ ਪਿਆ ਵੀ ਆਵੇ ਆਹ ਪਿਆ ਸ਼ਰਮੇ ਦਾ ਰਾਜਭੋਗ ਹੈ, ਪਰ ਵੇਖ ਲਾ ਬੈਠਾ ਕਿਹੜੇ ਬੰਦਿਆਂ ਨਾਲ, ਸੱਜੇ ਪਾਸੇ ਆ ਤੇ ਖੱਬੇ ਪਾਸੇ ਆ, ਫਿਰ ਇਹਨਾਂ ਦੀ ਪਾਣ ਕਿਉਂ ਨੀ ਲੱਗੀ, ਪਾਣ ਨੀ ਲੱਗੀ ਵਿੱਚੇ, ਉਹ ਕੜ ਗਿਆ ਵਿੱਚੇ ਕੜ ਗਿਆ, ਉਹ ਏਕਮ ਜੀ ਲਓ ਆਪਣਾ ਰਹਿ ਗਿਆ ਸੀ ਏਕਮ ਪੋਤਰਾ ਹਨਾ, ਹੱਥ ਉੱਤੇ ਤਾਂ ਘਸਾਈ ਜਾਂਦੇ ਨਾਲ ਤਾਂ ਲੱਗੀ ਏ, ਪਰ ਕੱਚਰ ਦੰਦ ਘਸਾਈ ਨਹੀਂ ਦਿੰਦੇ, ਸਹੀ ਆ ਮਹਿੰਗੇ ਹਨਾ, ਦੰਦ ਘਸਾਈ ਨਹੀਂ ਦਿੰਦੇ ਹੁਣ ਹਨਾ, ਹੱਥ ਉੱਤੇ ਤਾਂ ਘਸਾਈ ਜਾਂਦੇ, ਰਿਵਾਜ ਗਿਆ ਦੰਦ ਘਸਾਈ ਦਾ, ਅਸਲ ਵੱਡਾ ਭਰਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਬਈ, ਬਰਾੜ ਕਹਿੰਦਾ ਦੇ ਦਿਆਂਗੇ, ਤੇ ਠੀਕ ਹੈ ਵੀ ਵਧਾਈਆਂ ਬਹੁਤ ਬਹੁਤ ਸਾਰੇ ਭਰਾਵਾਂ ਨੂੰ, ਤੇ ਇਕੱਠੇ ਹੋਏ ਹਾਂ ਬਹੁਤ ਖੁਸ਼ੀ ਹੋਈ ਹੈ ਜੀ, ਥੈਂਕ ਯੂ ਸਾਰਿਆਂ ਦਾ।